ਰਚਨਾ ਹੈ ਸਤਿਗੁਰੂ, ਇਹ ਤੁਸੀਂ ਆਪ ਕੀਤੀ ਹੈ, ਇਹਦਾ ਬੰਨ ਨੂੰ ਤੁਸੀਂ ਆਪ ਬੰਨਿਆ ਹੈ। ਤੇ ਜਿਹੜਾ ਇਸ ਸਤ ਸੰਗਤ ਦਾ ਆਨੰਦ ਲੈਣ ਦਾ ਚਾਹ ਰੱਖਦਾ ਹੈ, ਉਹਨੂੰ ਇਹ ਸਤ ਸੰਗਤ ਦੇ ਵਿਚਾਰਾਂ ਨੂੰ ਆਪਣੀ ਜ਼ਿੰਦਗੀ 'ਚ ਲੈ ਕੇ ਆਉਣਾ ਪਏਗਾ। ਫਿਰ ਉਹ ਆਪਣੇ ਆਪ ਹੀ ਕਹੇਗਾ ਕਿ ਸੱਚੀ ਮੁੱਚੀ ਡਿੱਠੇ ਸਭੇ ਥਾਵ ਨਹੀਂ ਪੁੱਜਿਆ, ਵੀ ਇੱਥੇ ਆ ਕੇ ਮੇਰੀ ਜ਼ਿੰਦਗੀ ਦੇ ਜਿਹੜੇ ਸਾਰੇ ਵਿਚਾਰ ਸੀ ਉਹ ਚੇਂਜ ਹੋ ਗਏ, ਗੁਰੂ ਵਾਲੀ ਮੱਤ ਮੇਰੀ ਜ਼ਿੰਦਗੀ ਵਿੱਚ ਆ ਗਈ। ਪਰ ਜਦੋਂ ਇਸੇ ਤਰੀਕੇ ਨਾਲ ਇਸ ਤੋਂ ਪਿੱਛੇ ਇੱਕ ਹੋਰ ਸ਼ਬਦ ਹੈ ਗੁਰੂ ਪਾਤਸ਼ਾਹ ਦਾ, ਉਹਦੇ ਵਿੱਚ ਵੀ ਇੱਦਾਂ ਦਾ ਜ਼ਿਕਰ ਆਇਆ ਵੀ ਰਾਮਦਾਸ ਸਰੋਵਰ ਨਹਾਤੇ ਸਭ ਲਾਥੇ ਪਾਪ ਕਮਾਤੇ। ਉਹਦੇ ਵਿੱਚ ਇਹ ਜ਼ਿਕਰ ਆਇਆ ਉੱਥੇ ਸਭ ਲਾਥੇ ਪਾਪ ਕਮਾਤੇ, ਗੁਰੂ ਗੋਬਿੰਦ ਨਿਤ ਗਾਈਏ ਸਾਧ ਸੰਗ ਮਿਲ ਗਿਆ। ਉਹਦੇ ਵਿੱਚ ਵੀ ਕਲੀਅਰ ਕਰ ਦਿੱਤਾ ਵੀ ਕਿੱਥੇ ਹੋਇਆ ਸਾਰਾ ਕੁਛ, ਸਾਧ ਸੰਗ ਮਿਲ ਧਿਆਈਆ, ਵੀ ਇਹ ਸਤ ਸੰਗਤ ਦੇ ਵਿੱਚ ਹੋਇਆ। ਇੱਦਾਂ ਨਹੀਂ ਹੋਇਆ ਵੀ ਤੁਸੀਂ ਸੋਚੋ ਵੀ ਕਿਸੇ ਪਾਣੀ ਦੇ ਵਿੱਚ ਇਸ਼ਨਾਨ ਕਰਕੇ ਹੋ ਗਿਆ ਜਾਂ ਕਿਸੇ ਸਰੋਵਰ 'ਚ ਇਸ਼ਨਾਨ ਕਰਕੇ ਹੋ ਗਿਆ, ਇੱਦਾਂ ਨਹੀਂ ਹੋਇਆ। ਤੇ ਗੁਰੂ ਪਾਤਸ਼ਾਹ ਜਦੋਂ ਸਾਨੂੰ ਅੱਜ ਇਹ ਗੱਲ ਸਮਝਾ ਰਹੇ ਨੇ, ਉਹ ਜਿਹੜਾ ਸ਼ਬਦ ਹੈ ਸਾਡਾ ਜਿੱਥੋਂ ਅਸੀਂ ਗੱਲ ਸ਼ੁਰੂ ਕੀਤੀ ਸੀ, ਇਹ ਤਾਂ ਕਰਕੇ ਰਹਾਉ ਵਾਲਾ ਬੰਦ ਪਹਿਲਾਂ ਆਪ ਜੀ ਦੀ ਸੇਵਾ 'ਚ ਰੱਖਿਆ ਸੀ, ਵੀ ਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਕਲੀਅਰ ਕਰ ਦਿੱਤਾ ਵੀ ਗੁਰ ਸਮਾਨ ਤੀਰਥ ਨਹੀਂ ਕੋਏ, ਗੁਰੂ ਦੇ ਬਰਾਬਰ ਦਾ ਭਾਈ ਕੋਈ ਹੋਰ ਤੀਰਥ ਨਹੀਂ ਹੈ। ਫਿਰ ਇਹ ਗੱਲ ਮੰਨਾਂਗੇ ਕਿ ਜਿਹੜੇ ਲੋਕ ਈਰਖਾ ਵੱਸ ਹੋ ਕੇ ਦੂਜੇ ਤੀਜੇ ਦਿਨ ਕੋਈ ਬਿਆਨ ਦੇ ਦਿੰਦੇ ਨੇ ਵੀ ਇਹਨਾਂ ਨੇ ਵੀ ਬੇਅਦਬੀ ਕਰ ਦਿੱਤੀ, ਕੀ ਉਹ ਬੰਦੇ ਇਹਨਾਂ ਬਚਨਾਂ ਨੂੰ ਕਦੇ ਵਿਚਾਰਨਗੇ ਆਪਣੀ ਜ਼ਿੰਦਗੀ ਦੇ ਵਿੱਚ, ਜਦੋਂ ਗੁਰੂ ਨੇ ਇੱਕੋ ਹੀ, ਦੇਖੋ ਕਿੱਡਾ ਸੌਖਾ ਇਹਦੇ ਅਰਥ ਕੋਈ ਕਰਨੇ ਬਣਦੇ ਨੇ, ਜੇ ਕੋਈ ਕਹੇ ਮੈਂ ਅਰਥ ਕਰਾਇਆ ਤੇ ਵੀ ਗੁਰ ਸਮਾਨ ਤੀਰਥ ਨਹੀਂ ਕੋਏ। ਸਿੱਧੀ ਕਲੀਅਰ ਸੌਖੀ ਗੱਲ ਗੁਰੂ ਪਾਤਸ਼ਾਹ ਨੇ ਸਾਡੀ ਦਿਮਾਗ 'ਚ ਪਾਈ ਤੇ ਕਹਿਣ ਲੱਗੇ ਸਰ ਸੰਤੋਖ ਤਾਸ ਗੁਰ ਹੋਏ। ਕਹਿੰਦੇ ਵੀ ਉਹ ਗੁਰੂ ਹੀ ਸੰਤੋਖ ਰੂਪ ਸਰੋਵਰ ਹੈ, ਉੱਥੋਂ ਹੀ ਇਹ ਵਿਚਾਰ ਸੰਤੋਖ ਦੀ ਸਾਡੀ ਜ਼ਿੰਦਗੀ 'ਚ ਆਉਂਦੀ ਹੈ, ਹੋਰ ਕੋਈ ਨਹੀਂ। ਤੇ ਆਰੰਭ ਦੇ ਵਿੱਚ ਪਾਤਸ਼ਾਹ ਨੇ ਫਿਰ ਸਾਨੂੰ ਗੱਲ ਸਮਝਾਈ, ਕਹਿਣ ਲੱਗੇ ਅੰਮ੍ਰਿਤ ਨੀਰ ਗਿਆਨ ਮਨ ਮੱਜਨ। ਹੁਣ ਜਿਹੜਾ ਅੰਮ੍ਰਿਤ ਨੀਰ, ਇੱਥੇ ਨੀਰ ਸ਼ਬਦ ਆ ਗਿਆ, ਗਿਆਨ ਮਨ ਮੱਜਨ, ਇਸ਼ਨਾਨ ਕਿਹਨੇ ਕਰਨਾ ਹੈ, ਇਹਦੇ ਗੁਣਾ ਰੂਪੀ ਅੰਮ੍ਰਿਤ ਦੇ ਵਿੱਚ ਸਾਡੇ ਮਨ ਨੇ ਇਸ਼ਨਾਨ ਕਰਨਾ ਹੈ। 68 ਤੀਰਥ ਸੰਗ ਗਏ, ਕਹਿੰਦੇ ਮੈਨੂੰ ਹੋਰ ਇਸ਼ਨਾਨ ਕਰਨ ਦੀ ਲੋੜ ਨਹੀਂ ਪਈ, 68 ਤੀਰਥਾਂ ਦਾ ਇਸ਼ਨਾਨ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਗੁਰੂ ਦੇ ਗੁਣਾਂ ਦੇ ਵਿੱਚ ਮਨ ਨੂੰ ਇਸ਼ਨਾਨ ਕਰਾਰ ਦੇ ਨਾਲ ਹੋ ਗਿਆ, ਹੁਣ ਮੈਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਪਈ। ਕਹਿੰਦੇ ਗੁਰ ਉਪਦੇਸ਼ ਜਵਾਹਰ ਮਾਣਿਕ ਸੇਵੇ ਸਿੱਖ ਸੋ ਖੋਜ ਰਹੇ। ਕਹਿੰਦੇ ਗੁਰੂ ਉਪਦੇਸ਼ ਦੇ ਰੂਪ ਦੇ ਡੂੰਘੇ ਪਾਣੀਆਂ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਦੇ ਮੋਤੀ ਤੇ ਜਵਾਹਰ ਹਨ। ਜਿਹੜਾ ਸਿੱਖ ਗੁਰੂ ਤੀਰਥ ਨੂੰ ਸੇਵਦਾ ਹੈ, ਸ਼ਬਦਾਂ ਨਾਲ ਆਉਂਦਾ ਹੈ, ਉਹ ਭਾਲ ਕਰਕੇ ਲੱਭ ਲੈਂਦਾ ਹੈ। ਅਸੀਂ ਰੋਜ਼ ਪੜ੍ਹਦੇ ਹਾਂ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਇਹ ਗੱਲ ਅਸੀਂ ਰੋਜ਼ ਪੜ੍ਹਦੇ ਹਾਂ ਪਰ ਇਹ ਸਾਡੀ ਸੁਰਤ 'ਚ ਕਿਉਂ ਨਹੀਂ ਆਈ, ਕਿਉਂਕਿ ਸਿਰਫ ਅਸੀਂ ਪੜ੍ਹਨ ਤੱਕ ਸੀਮਤ ਹਾਂ। ਸਾਨੂੰ ਉਹ ਵਿਚਾਰ ਕੇ ਜ਼ਿੰਦਗੀ ਸਾਡੀ ਆਪਣੀ ਸੁਰਤ ਦੇ ਵਿੱਚ ਲਿਆਉਣ ਦਾ ਅਸੀਂ ਕਦੇ ਯਤਨ ਨਹੀਂ ਕੀਤਾ, ਇਸ ਪਾਸੇ ਉਦਮ ਨਹੀਂ ਕੀਤਾ। ਤੇ ਮਹਾਰਾਜ ਕਹਿਣ ਲੱਗੇ ਗੁਰ ਦਰਿਆਓ। ਫਿਰ ਦੇਖੋ ਇੱਥੇ ਗੁਰੂ ਨੂੰ ਦਰਿਆ ਕਹਿ ਦਿੱਤਾ, ਕਹਿੰਦੇ ਤੂੰ ਦਰਿਆ ਹੈ। ਗੁਰ ਦਰਿਆਓ ਸਦਾ ਜਲ ਨਿਰਮਲ, ਕਹਿੰਦੇ ਤੂੰ ਦਰਿਆ ਹੈ ਤੇ ਤੇਰਾ ਜਿਹੜਾ ਜਲ ਹੈ ਸਦਾ ਹੀ ਨਿਰਮਲ ਰਹਿੰਦਾ, ਇਹ ਕਦੇ ਗੰਦਾ ਹੁੰਦਾ ਹੀ ਨਹੀਂ, ਮੈਲਾ ਹੁੰਦਾ ਹੀ ਨਹੀਂ। ਤੇ ਮਿਲੇ ਦੁਰਮਤ ਮੈਲ ਹਰੇ, ਕਹਿੰਦੇ ਵੀ ਜਿਹੜਾ ਇਹਨੂੰ ਆਪਣੀ ਜ਼ਿੰਦਗੀ 'ਚ ਗ੍ਰਹਿਣ ਕਰ ਲੈਂਦਾ ਉਹਦੇ ਮਤ ਦੇ ਵਿੱਚੋਂ ਜਿਹੜੀ ਮੈਲ ਹੈ ਵਿਕਾਰਾਂ ਦੀ, ਉਹ ਭੈੜੀ ਮਤ ਜਿਹੜੀ ਦੂਰ ਹੋ ਜਾਂਦੀ, ਪਾਸੇ ਹੋ ਜਾਂਦੀ ਹੈ, ਉਹਨੂੰ ਕੋਈ ਹੋਰ ਯਤਨ ਕਰਨ ਦਾ ਜਿਹੜਾ ਹੈ ਕੋਈ ਚਾਰਾ ਹੀ ਨਹੀਂ ਰਹਿੰਦਾ ਵੀ ਮੈਂ ਕੋਈ ਹੋਰ ਪਾਸੇ ਵੀ ਜਾਵਾਂ। ਗੁਰ ਦਰਿਆਓ ਸਦਾ ਜਲ ਨਿਰਮਲ, ਮਿਲੇ ਦੁਰਮਤ ਮੈਲ ਹਰੇ, ਸਤਿਗੁਰ ਪਾਏ ਪੂਰਾ ਨਹਾਵਣ, ਪਸ਼ੂ ਪਰੇ ਤੋਂ ਦੇਵ ਕਰੇ। ਕਹਿੰਦੇ ਜਦੋਂ ਇਹ ਨਹਾਉਣਾ ਹੋ ਗਿਆ ਗੁਰੂ ਦੇ ਵਿਚਾਰਾਂ ਦੇ ਵਿੱਚ, ਫਿਰ ਜਿਹੜੀ ਸਾਡੇ ਸੁਰਤ ਉਹ ਕਰਤੂਤ ਪਸ਼ੂ ਕੀ ਮਾਨਸ ਜਾਤ ਵਾਲੇ ਪਾਸੇ ਸੀ, ਹੁਣ ਉਹਨੇ ਸਾਰਾ ਉਹ ਸੁਭਾਅ ਤਿਆਗ ਕੇ ਗੁਰੂ ਵਾਲਾ ਸੁਭਾਅ ਤਿਆਰ ਕਰ ਲਿਆ, ਤੇ ਉਹ ਜਿਹੜਾ ਸੀ ਪਸ਼ੂ ਪਰੇ ਤੋਂ ਦੇਵ ਕਰੇ ਦੀ ਅਵਸਥਾ ਵਿੱਚ ਆ ਗਿਆ। ਇਹ ਨਹੀਂ ਵੀ ਕੋਈ ਹੋਰ ਕਿਤੋਂ ਜਿਹੜੇ ਪਸ਼ੂ ਬਣਾ ਦਿੱਤੇ ਜਾਂ ਕੋਈ ਦੇਵਤੇ ਬਣਾ ਦਿੱਤੇ, ਗੱਲ ਸੀ ਸੁਰਤ ਦੇ ਵਿਚਾਰ ਚੇਂਜ ਹੋ ਗਏ। ਤੇ ਅੱਗੇ ਕਹਿੰਦੇ ਨੇ ਰਤਾ ਸੱਚ ਨਾਮ ਤਲ ਹੀਅਤ ਸੋ ਗੁਰ ਪਰਮਲ ਕਹੀ ਹੈ। ਜਿਹੜਾ ਗੁਰੂ ਹਰ ਵੇਲੇ ਕਹਿਣ ਲੱਗੇ ਵੀ ਇਸ ਗਿਆਨ ਦੇ ਵਿੱਚ ਰਮਿਆ ਹੋਇਆ, ਗਿਆਨ ਵਿੱਚ ਰਹਿੰਦਾ ਹੈ, ਫਿਰ ਕਹਿਣ ਲੱਗੇ ਵੀ ਉਹਨੂੰ ਹੀ ਸੁਗੰਧੀ ਵਾਲਾ ਕਿਹਾ ਜਾ ਸਕਦਾ ਹੈ, ਸੋ ਗੁਰ ਪਰਮਲ ਕਹੀ ਹੈ।
ਜਿਹੜਾ ਐਸਾ ਸੁਗੰਧੀ ਦੇਣ ਵਾਲਾ ਹੋਏ ਫਿਰ ਜਾ ਕੀ ਵਾਸ ਬਨਾਸਪਤ ਸੌਰੈ ਤਾਸ ਚਰਨ ਲਿਵ ਰਹੀ ਹੈ। ਕਹਿੰਦੇ ਚੰਦਨ ਦੀ ਸੁਗੰਧੀ ਨੇੜੇ ਉੱਗੀ ਬਨਸਪਤੀ ਨੂੰ ਸੁਗੰਧਿਤ ਕਰ ਦਿੰਦੀ ਹੈ। ਇਸੇ ਤਰ੍ਹਾਂ ਜਿਹੜਾ ਗੁਰੂ ਉਪਦੇਸ਼ ਹੈ, ਜਿਹੜਾ ਗੁਰੂ ਦੇ ਚਰਨਾਂ ਦੇ ਵਿੱਚ ਇਹਦੀ ਸਿੱਖਿਆ ਲੈਣ ਵਾਲੇ ਪਾਸੇ ਨੂੰ ਤੁਰਦਾ, ਇਹਦਾ ਜੀਵਨ ਵੀ ਜਿਹੜਾ ਹੈ ਫਿਰ ਗੁਰੂ ਦੇ ਵਿਚਾਰਾਂ ਦੇ ਨਾਲ ਸੁਗੰਧਿਤ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਉਹ ਗੁਰੂ ਵਾਲੇ ਪਾਸੇ ਨੂੰ ਤੁਰਦਾ। ਤੇ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਜੀ ਪ੍ਰਾਨ ਉਪਜੈ ਗੁਰਮੁਖ ਸ਼ਿਵ ਘਰ ਜਾਈਐ। ਕਹਿੰਦੇ ਜਿਹੜਾ ਗੁਰੂ ਦੀ ਸ਼ਰਨ ਪਿਆ ਜੀਵਾਂ ਦੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ, ਵੀ ਉਹ ਜਿਹੜਾ ਹੈ ਉਹਦੀ ਵਿਚਾਰਾਂ ਗੁਰੂ ਵਾਲੀਆਂ ਹੋ ਜਾਂਦੀਆਂ ਨੇ। ਤੇ ਫਿਰ ਉਹ ਸਮਝ ਲਓ ਵੀ ਮਾਲਕ ਦੇ ਘਰ ਵਿੱਚ ਉਹਨੂੰ ਜਿਉਣਾ ਆ ਗਿਆ, ਵੀ ਇਹ ਜਿਹੜਾ ਸਾਰਾ ਸੰਸਾਰ ਸੀ ਮੈਂ ਇਹਦੇ ਵਿੱਚ ਜਿਉਣਾ ਕਿੱਦਾਂ, ਉਹ ਢੰਗ ਗੁਰੂ ਦੇ ਕੋਲੋਂ ਆ ਗਿਆ। ਤੇ ਜਦੋਂ ਇਹ ਢੰਗ ਆਇਆ ਕਹਿੰਦੇ ਗੁਰਮੁਖ ਨਾਨਕ ਸੱਚ ਸਮਾਈਐ ਗੁਰਮੁਖ ਨਿਜ ਪਦ ਪਾਈਐ। ਕਹਿੰਦੇ ਇਸ ਤਰੀਕੇ ਨਾਲ ਹੇ ਨਾਨਕ ਗੁਰੂ ਦੀ ਸ਼ਰਨ ਪਿਆ ਸਦਾ ਤਿਰ ਪ੍ਰਭੂ ਵਿੱਚ ਲੀਨ ਹੋ ਜਾਈਦਾ ਹੈ। ਗੁਰੂ ਦੀ ਰਾਹੀਂ ਉੱਚਾ ਆਤਮਕ ਦਰਜਾ ਮਿਲ ਜਾਂਦਾ ਹੈ, ਜੋ ਸਦਾ ਹੀ ਬਣੇ ਆਪਣਾ ਬਣਿਆ ਰਹਿੰਦਾ ਹੈ, ਅਟਲ ਰਹਿੰਦਾ, ਕਿਤੇ ਜਾਂਦਾ ਨਹੀਂ। ਹੁਣ ਇਹ ਸਾਰੇ ਸ਼ਬਦ ਦੇ ਵਿੱਚ ਗੁਰੂ ਪਾਤਸ਼ਾਹ ਨੇ ਇਹ ਗੱਲ ਸਾਨੂੰ ਵਾਰ ਵਾਰ ਦ੍ਰਿੜ ਕਰਵਾਈ ਵੀ ਗੁਰੂ ਹੀ ਨਿਰਮਲ ਜਲ ਹੈ, ਗੁਰੂ ਹੀ ਤੀਰਥ ਹੈ, ਤੇ ਗੁਰੂ ਦੇ ਬਰਾਬਰ ਹੋਰ ਕੋਈ ਵੀ ਨਹੀਂ ਜਿਹਨੂੰ ਆਪਾਂ ਤੀਰਥ ਬਣਾ ਕੇ ਬਹਿ ਜਾਈਏ। ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਰਹਾਉ ਵਾਲੇ ਬੰਦ ਵਿੱਚ ਇਹ ਅਸੀਸ ਬਖਸ਼ਿਸ਼ ਕੀਤੀ ਕਿ ਗੁਰ ਸਮਾਨ ਤੀਰਥ ਨਹੀਂ ਹੋਏ ਸਰ ਸੰਤੋਖ ਤਾਸ ਗੁਰ ਹੋਏ, ਵੀ ਗੁਰੂ ਹੀ ਸਾਡੇ ਵਾਸਤੇ ਤੀਰਥ ਹੈ। ਇਹਦੇ ਗਿਆਨ ਦੇ ਵਿੱਚ ਅਸੀਂ ਰੋਜ਼ ਇਸ਼ਨਾਨ ਕਰਨਾ ਤੇ ਆਪਣੀ ਮਤ ਦੀ ਜਿਹੜੀ ਮੈਲ ਹੈ, ਜਿਹੜੇ ਸਾਡੇ ਬੁਰੇ ਵਿਚਾਰ ਨੇ, ਇਹਨਾਂ ਨੂੰ ਭਲੇ ਵਿਚਾਰਾਂ ਦੇ ਵਿੱਚ ਕਨਵਰਟ ਕਰਨ ਦਾ ਗੁਰੂ ਦੇ ਕੋਲੋਂ ਜਿਹੜਾ ਹੈ ਉਹ ਜਾਤ ਸਿੱਖਣੀ ਹੈ, ਸਿੱਖਿਆ ਲੈਣੀ ਹੈ। ਇਸ ਕਰਕੇ ਜਿਹੜੇ ਲੋਕ ਇਹ ਭਰਮ ਪਾਲ ਕੇ ਬੈਠੇ ਹੋਏ ਨੇ ਵੀ ਕਿਸੇ ਇੱਕ ਥਾਂ ਤੇ ਤੁਸੀਂ ਪਾਣੀ ਇਕੱਤਰ ਕੀਤਾ ਤੇ ਉਹਨੂੰ ਤੁਸੀਂ ਧਾਰਮਿਕ ਸਥਲ ਬਣਾ ਦਿੱਤਾ, ਏਦਾਂ ਨਹੀਂ। ਗੁਰੂ ਪਾਤਸ਼ਾਹ ਨੇ ਇਤਿਹਾਸਕ ਤੌਰ ਤੇ ਜਿੱਥੇ ਆਪਣੇ ਚਰਨ ਪਾਏ, ਉਸ ਤੋਂ ਵੀ ਵੱਡੀ ਗੱਲ ਗੁਰਬਾਣੀ ਦੇ ਵਿੱਚ ਇੱਕ ਦਰਜ ਕੀਤੀ, ਉਹ ਕੀ ਸੀ? ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਜਿਸ ਹਿਰਦੇ ਰੂਪੀ ਘਰ ਦੇ ਵਿੱਚ ਉਸ ਮਾਲਕ ਦੀ ਸਿੱਖਿਆ ਦਾ ਜਿਹੜਾ ਸੀ ਉਹ ਠਹਿਰਾਵ ਹੋ ਗਿਆ, ਉਹਦੇ ਅੰਦਰ ਆ ਗਈ, ਕਹਿੰਦੇ ਉਹ ਹਿਰਦਾ ਰੂਪੀ ਘਰ ਸੋਹਣਾ ਹੋ ਗਿਆ, ਉਹ ਸੋਹਣਾ ਬਣ ਗਿਆ। ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁੱਖ ਲਾ। ਉਹਦਾ ਜੀਵਨ ਜਿਹੜਾ ਹੈ ਬਦਲ ਗਿਆ ਗੁਰੂ ਦੇ ਚਰਨਾਂ ਵਿੱਚ ਆ ਕੇ, ਫਿਰ ਉਹਨੂੰ ਕਿਸੇ ਹੋਰ ਤੀਰਥ ਤੇ ਜਾਣ ਦੀ ਲੋੜ ਨਹੀਂ। ਇਹ ਜਿਹੜਾ ਭਰਮ ਪਾਇਆ ਜਾਂਦਾ ਇਹਨੂੰ ਅੱਜ ਦਿਮਾਗ ਵਿੱਚੋਂ ਕੱਢ ਲਈਏ, ਵੀ ਸਾਡੇ ਗੁਰੂ ਨੇ ਸਾਨੂੰ ਸਮਝਾਇਆ ਵੀ ਗੁਰ ਸਮਾਨ ਤੀਰਥ ਨਹੀਂ ਕੋਈ, ਵੀ ਗੁਰੂ ਦੇ ਬਰਾਬਰ ਦਾ ਹੋਰ ਕੋਈ ਤੀਰਥ ਨਾ ਹੈ ਤੇ ਨਾ ਹੋਏਗਾ। ਇਹ ਗੱਲ ਗੁਰੂ ਪਾਤਸ਼ਾਹ ਨੇ ਸਾਨੂੰ ਬਾਣੀ ਵਿੱਚ ਸਮਝਾਈ ਤੇ ਸਾਨੂੰ ਸਮਝ ਵਿੱਚ ਆ ਜਾਵੇ। ਇੰਨੇ ਕੁ ਬਚਨ ਸਾਹਿਬ ਜੀ ਨੇ ਪ੍ਰਵਾਨ ਕਰਨੇ, ਉਹਨਾਂ ਫੁੱਲਾਂ ਦੀ ਖਿਮਾ ਪਿਆਰ ਸਦੇਵ ਅਸੀਸ ਆਪੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।